ਪੜ੍ਹਾਈ ਦੇ ਵਾਜੂ ਬੋਝ ਨੇ ਬੱਚਿਆਂ ਦੇ ਮਾਨਸਿਕ ਦਬਾਅ ਵਧਾ ਦਿੱਤਾ ਹੈ, ਜਿਸ ਸਦਕਾ ਅੱਜ ਬੱਚੇ ਖੁਦਕੁਸ਼ੀਆਂ ਦੇ ਰਾਹ 'ਤੇ ਚੱਲ ਪਏ ਹਨ। ਇਸ ਸਾਲ ਦੀ 10ਵੀਂ 12ਵੀਂ ਅਤੇ ਹੋਰ ਕਲਾਸਾਂ ਦੇ ਨਤੀਜਿਆਂ ਵਿੱਚ ਫੇਲ ਹੋਣ ਜਾਂ ਉਮੀਦ ਤੋਂ ਮੁਤਾਬਕ ਨਤੀਜੇ ਨਾ ਆਉਣ 'ਤੇ ਕਈ ਸਕੂਲੀ ਬੱਚਿਆਂ ਨੇ ਆਤਮ ਹੱਤਿਆ ਕਰ ਲਈ, ਜਿਸ ਨੂੰ ਰੋਕਣ ਲਈ ਸਾਰਿਆਂ ਨੂੰ ਵੱਖਰੀ ਕੋਸ਼ਿਸ਼ ਕਰਨੀ ਪਵੇਗੀ। ਕੁਝ ਅਜਿਹਾ ਹੀ ਨਾਭਾ ਵਿਖੇ ਵੇਖਣ ਨੂੰ ਮਿਲਿਆ, ਜਿੱਥੇ 10ਵੀਂ ਵਿੱਚ ਫੇਲ ਹੋਣ 'ਤੇ 16 ਸਾਲ ਦੀ ਪੂਜਾ ਨਾਮ ਦੀ ਲੜਕੀ ਵੱਲੋਂ ਆਪਣੇ ਘਰ ਵਿੱਚ ਪਈ ਕੋਈ ਜ਼ਹਿਰੀਲੀ ਚੀਜ਼ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਸਾਡੇ ਲੜਕੇ ਨੂੰ ਜੀ, ਅਸੀਂ ਉਸ ਸਕੂਲ 'ਚ ਲੈ ਆਏ ਜੀ, 12 ਵਜੇ 12 ਵਜੇ ਆਇਆ। ਉਹਨੇ ਆ ਕੇ ਅੰਦਰ ਆਪਣੇ, ਮੈਂ ਬਾਹਰ ਕਮਰੇ ਵਾਲੇ ਬੈਠ ਗਿਆ, ਉਹ ਅੰਦਰ ਕਮਰੇ ਬੈਠ ਗਈ। ਹੁਣ ਪਤਾ ਨਹੀਂ ਕੀ ਖਾਇਆ ਉਹਨੇ। ਹਾਂ, ਉਹਨੇ ਕੁਛ ਦੱਸੀ ਨਹੀਂ ਕਿ ਮੈਂ ਫੇਲ ਹੈ ਕਿ ਪਾਸ ਹੈ, ਕੁਛ ਸਾਨੂੰ ਨਹੀਂ ਦੱਸਿਆ। ਆਪਣੀ ਮੰਮੀ ਨੇ ਦੱਸੀ ਕਿ ਮੰਮੀ ਮੈਂ ਫੇਲ ਹੈ। ਔਰ ਸਾਡੇ ਕੋਲ ਨਾ ਕੱਲ੍ਹ ਸਿਵਲ ਹਸਪਤਾਲ ਨਾਭਾ ਤੋਂ ਇਤਲਾਹ ਆਈ ਸੀ ਵੀ ਪੂਜਾ ਡਾਕਟਰ ਆਫ ਰਜੇਸ਼ ਕੁਮਾਰ ਆਸਾ ਕਲੋਨੀ ਲਾਹੌਰਾਂ ਕਲਾਂ ਕੋਈ ਪੋਇਜ਼ਨਿੰਗ ਕਰਕੇ ਦਾਖਲ ਹੋਈ ਹੈ, ਜਿਹਨੂੰ ਆਰ ਐੱਚ ਪਟਿਆਲਾ ਦਾਖਲ ਰੈਫਰ ਕੀਤਾ ਗਿਆ ਸੀ। ਅਤੇ ਉਸ ਸੰਬੰਧ 'ਚ ਉਹਦੇ ਫਾਦਰ ਦਾ ਬਿਆਨ ਲਿਖਿਆ ਗਿਆ, ਜਿਹਨਾਂ ਨੇ ਦੱਸਿਆ ਵੀ ਲੜਕੀ ਜਿਹੜੀ ਪੂਜਾ 10ਵੀਂ ਕਲਾਸ ਦੇ ਪੇਪਰ ਦਿੱਤੇ ਹੋਏ ਸੀ, ਸੁਨੀਲ ਕੈਂਡਰੀ ਸਕੂਲ ਲੜਕੀਆਂ ਨਾਭਾ ਵਿਖੇ ਪੜ੍ਹਦੀ ਸੀਗੀ। ਉਹ ਕੱਲ੍ਹ ਉਹਦਾ ਰਿਜ਼ਲਟ ਆਇਆ ਸੀ 10ਵੀਂ 'ਚ, ਜਿਹ 'ਚ ਉਹ ਫੇਲ ਹੋ ਗਈ ਸੀ। ਜਿਹਨੇ ਘਰ ਆ ਕੇ ਕੋਈ ਆਪਣੀ ਦਵਾਈ ਪੀ ਲਈ ਕੋਈ ਜ਼ਹਿਰੀਲੀ, ਉਹਦੇ ਮਾਂ ਬਾਪ ਨੇ ਉਹਨੂੰ ਦਾਖਲ ਕਰਾਇਆ, ਜਿਹਦੀ ਦੌਰਾਨ ਇਲਾਜ ਮੌਤ ਹੋ ਗਈ ਹੈ। ਇਸ ਸੰਬੰਧੀ ਅਸੀਂ